ਯਾਰ ਬੜਾ ਹੀ ਖਤਰਨਾਕ ਜਿਹਾ ਮੌਸਮ ਹੋਇਆ ਪਿਆ ਹੈ ਯਾਰ। ਡਰਾਈਵਰ ਆਪਣੇ ਹੱਥ ਵਸ ਦੀ ਗੱਲ ਜੱਸੀ ਹੋਣੀ ਮਹਾਰਾਜ ਕਹਿੰਦੇ ਕੋਟ ਪੈਂਟ ਪਾ ਕੇ ਤੇਰੀ ਇਹਦੇ ਕਰਕੇ ਲੇਟ ਹੋਈ ਯਾਰ। ਉਹ ਦੇ ਮੂੰਹ ਦੇਖਦਾ ਭਾਲੇ ਅੱਜ ਤੋਂ ਆਪਣੇ ਵਾਲਾ ਮੋਟਰਸਾਈਕਲ ਜਾਣਾ ਬੁਰੇ ਹਾਲ ਹੋਏ ਪਏ ਆ। ਦਿਖਾਲਦਾ ਬਾਹਰ ਆਹ ਦੇ ਗੱਲਬਾਤ ਹੀ ਅੱਜ ਤਾਂ ਐਂਡ ਹੋਈ ਪਈ ਆ। ਬੜਾ ਹੀ ਖਤਰਨਾਕ ਜਿਹਾ ਮੌਸਮ ਹੋਇਆ ਪਿਆ ਹੈ ਯਾਰ, ਕਿਉਂਕਿ ਅੱਜ ਤੋਂ ਭਾਰੀ ਵੀ ਆਪਣੀ ਸ਼ੁਰੂ ਆ। ਹੁਣ ਇੱਦਾਂ ਆ ਆਪਾਂ ਸੈਂਪਲ 'ਚ ਹੁਣੇ ਦਿਖਾਲਾਂ ਤੁਹਾਨੂੰ, ਮੂੰਹ ਸਿਰ ਬੰਨ ਕੇ ਜਾਵਾਂਗੇ ਐਨ ਪੂਰਾ, ਠੰਡ ਥੋੜ੍ਹਾ ਲਵਾਉਣੀ ਆ ਯਾਰ। ਕੰਮ ਕਾਰ ਵੀ ਕਰਨੇ ਆ, ਹੁਣ ਕਿ ਐਵੇਂ ਬਹਿ ਜਾਵਾਂਗੇ, ਛੁੱਟੀਆਂ ਕਰਾਂਗੇ, ਕੋਈ ਫਾਇਦਾ ਨਹੀਂ। ਚੱਲਦੇ ਹੁਣ ਕੰਮਾਂ ਕਾਰਾਂ 'ਤੇ। ਪਹੁੰਚ ਗਏ ਗੁਹਾਟੀ ਵਾਲੇ ਕੋਲ, ਚਲੀਏ ਹੁਣ ਯਾਰ। ਆਪਾਂ ਤਾਂ ਮੂੰਹ ਸਿਰ ਬੰਨ ਲਿਆ ਕਿਉਂਕਿ ਡਰਾਈਵਰ ਆਪਣੇ ਹੱਥ ਵਸ ਦੀ ਗੱਲ ਹੈ ਨਾ, ਹੁਣ ਜਾਨ ਤਾਂ ਬਚਾਉਣੀ ਹੈ, ਮਰਨਾ ਤੁਸੀਂ ਠੰਡ 'ਚ। ਬਹੁਤ ਬੁਰੇ ਹਾਲ ਆ, ਬਾਕੀ ਖੇਤਾਂ 'ਚ ਪਤਾ ਲੱਗਣਾ ਆ। ਆਹੋ ਜਾਲਾ ਐਨ ਪੂਰਾ ਹੁਣ ਹੋ ਗਿਆ, ਉਹ ਵੀ ਭੱਜ ਗਏ। ਆਉਂਦਿਆਂ ਸਾਰੇ ਭਰਾਵਾ ਗੱਡੀਆਂ ਬਾਹਰ ਕੱਢ ਕੇ ਲਾਉਣ ਦਾ ਕੰਮ ਹੋ ਗਿਆ। ਨਹੀਂ ਤਾਂ ਇਹ ਕੰਮ ਪਹਿਲਾਂ ਜੱਸੀ ਦਾ ਹੁੰਦਾ, ਜੱਸੀ ਕਰਦਾ ਹੁੰਦਾ, ਜੱਸੀ ਹਾਲੇ ਹੁਣ ਆਇਆ ਵਾ, ਤਾਂ ਕਰਕੇ ਆਪਾਂ ਗੱਡੀ ਗੁੱਡੀ ਬਾਹਰ ਕੱਢ ਦਿੱਤੀ ਅੱਜ। ਮੈਂ ਕਿਹਾ ਚੱਲ ਕੋਈ ਨਹੀਂ, ਬਾਕੀ ਗੱਡੀਆਂ ਕੱਟ ਲਊਗਾ, ਉਹਨੂੰ ਜ਼ਿਆਦਾ ਚਾਅ ਹੈ ਗੱਡੀ ਚਲਾਉਣ ਦਾ, ਸਾਨੂੰ ਹੈ ਨਹੀਂ ਇੰਨਾ ਭਰਾਵਾ ਹਾਲੇ। ਤੁਹਾਨੂੰ ਪਤਾ ਹੁਣ ਰੋਟੀ ਦਾ ਟਾਈਮ ਹੋ ਗਿਆ, ਆ ਗਿਆ ਚੁੱਭਰ ਅੰਦਰ ਰੋਟੀ ਖਾਣ, ਮੈਦਾਨੇ ਜੰਗ ਦੇ ਅੰਦਰ ਮੰਦੇ ਪਹੁੰਚੇ ਹੋ ਬਾਕੀ। ਚੱਲ ਬਈ ਚਲੋ ਚਲੋ, ਉਹ ਤੇਰੀ ਮੂਗਲੀ 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 ਹੁਣੀ ਤਾਂ ਮਾਮਾ ਚਾਵਲ ਗਏ ਮੂਗਲੀ ਹੁਣਾਂ ਵਾਂਗੂ ਵਾਰਾ, ਕੱਲ੍ਹ ਵਾਂਗੂ ਰੇਡਾ ਪਾਉਣ ਨੂੰ ਕਾਲੇ ਹੋਇਓ ਆ। ਮੁਗਲੀ ਦੀਆਂ ਰੇਡਾਂ ਪਵਾਈਆ, ਰਹਿਣ ਦੇ ਅੱਜ, ਐਵੇਂ ਕੋਈ ਐਕਸੀਡੈਂਟ ਹੋ ਰਾਜ ਤੇਰੀ ਕਦੇ ਕੰਮ ਨੂੰ ਅੰਦਰ ਗਰਾਮ 'ਚ ਤੇਰੀ ਸਾਰਾ ਟੱਚ ਲਾ ਕੇ ਭੱਜ ਜਾਂਦਾ ਵਾ, ਬਹੁਤ ਤੇਜ਼ ਆ ਕੁੰਡੀ। ਰਹਿਣ ਦੇ ਮਾਮਾ, ਰੋਡ 'ਤੇ ਕੋਈ ਐਕਸੀਡੈਂਟ ਹੋਊਗਾ ਕਾਹੇ 'ਚ ਵੱਜੂਗਾ, ਰਹਿਣ ਦੇ। ਮੌਸਮ ਵੀ ਬਾਹਲਾ ਹੀ ਹੋਇਆ ਪਿਆ ਵਾ ਸਿਰਾ ਅੱਜ ਯਾਰ, ਉੱਥੇ ਵੀ ਬਹੁਤ ਜ਼ਿਆਦਾ ਧੁੰਦ ਆ। ਜੱਸੀ ਹੋਣੀ ਮਹਾਰਾਜ ਕਹਿੰਦੇ ਕੋਟ ਪੈਂਟ ਪਾ ਕੇ ਹੋਇਆ ਕੰਮ ਕਰਨਾ, ਕਹਿੰਦੇ ਕੋਕ 'ਚ ਤੇ ਪਾਉਣਾ ਕੋਟ ਪੈਂਟ ਔਰ ਗੱਡੀ ਬਾਪੂ ਚੁੱਭਣੀ ਜੱਚਦਾ ਪੂਰਾ ਐਨ ਸਾਹਮਣੇ ਲਾਉਣੇ ਆ ਰੌਲਾ। ਇੱਕ ਮਿੰਟ ਮੈਨੂੰ ਦੂਰੋਂ ਖਿੱਚ ਲੈਂਦੇ, ਫਿਰ ਆਪਾਂ ਇੱਦਾਂ ਹੀ ਫੋਟੋ ਖਿੱਚ ਲੈਣੀ ਵਿੱਚੋਂ। ਜੱਸੀ ਹੋਣੀ ਦੇਖੋ ਮਹਾਰਾਜ ਟੋਰ ਗੱਡੀ ਪੂਰੀ ਫੁੱਲ ਐਨ, ਓਕੇ ਰਿਪੋਰਟ ਆ ਪਾ ਦਿਆਂ, ਜਾਓ ਕੰਮਾਂ ਕਾਰਾਂ 'ਤੇ। ਟੱਚ ਮੈਚ ਹੋ ਕੇ ਜਾਣਾ ਪੈਂਦਾ, ਕੰਮ ਬਹੁਤ ਵੱਡਾ ਮੈਂ ਕਹਿੰਦਾ ਅੱਜ ਹੈ ਦੀਪੇ, ਮੈਂ ਕੰਮ ਦੇ ਦੇਖਾ ਅੱਜ ਕੋਟ ਪੈਂਟ ਪਾ ਕੇ ਚੁੱਪਰ ਪੂਰੀ ਟੋਰ ਕੱਢ ਕੇ ਆਇਆ ਵਾ। ਬਸ ਅੱਜ ਕੁੱਖ ਨਹੀਂ, ਬੰਦੇ ਅੰਦਰੇ ਖੜ੍ਹੇ ਹਾਲੇ ਤਾਈਂ, ਉਹ ਕੱਲ੍ਹ ਦਾ ਕੈਸ਼ ਕੁਛ ਦਾ ਪੰਗਾ ਪਿਆ ਪਰਸੋਂ ਦਾ, ਬਾਕੀ ਬੰਦੇ ਫਿਰੀ ਜਾਂਦੇ ਆ ਵਿਹਲੇ, ਐਮਟੀ ਉਮਟੀ ਛਾਂਟ ਕੇ ਨਾਲੇ ਫੱਟਿਆਂ 'ਤੇ ਲਾਈ ਜਾਂਦੇ ਆ। ਕੰਧਾਂ 'ਚ ਵੱਜਦੇ ਫਿਰਦੇ ਬੰਦੇ ਹੀ ਬਹੁਤ ਆ, ਕੀ ਕਰੀਏ, ਉਹਦੇ ਮੂਹਰੇ ਟੋਲਾ ਕਿੱਦਾਂ ਖੜ੍ਹੇ, ਦੋ ਦੋ ਟੋਲੇ ਖੜ੍ਹੇ, ਇਹ ਨਹੀਂ ਪਤਾ ਵੀ ਵਿੱਚ ਵਿਚਾਲੇ ਦਾ ਕੰਪਨੀ ਵਾਲੇ ਆ, ਵੱਜਦਾ ਐਮਟੀ ਛਾਂਟ ਲੈਣੀ ਆ ਛਾਣ ਕੇ ਪੂਰੀ ਗੱਲ। ਉਹੀ ਗੱਲ ਆ, 10:30 ਦਾ ਟਾਈਮ ਹੋ ਗਿਆ ਜੀ, ਅੱਗੂ ਕਿਸੇ ਕੀ ਜਾਂਦੇ ਆ, ਨਾਲੇ ਚਾਹ ਚੂਹ ਲੈਣਾ ਹੈ। ਮੈਂ ਤਾਂ ਗੁਹਾਟੀ ਵਾਲਾ ਹੀ ਆ, ਆਹ ਲੱਗ ਜਾ ਟਰਾਲੀਆਂ ਘੁਮਾਤੀ ਦੀਆਂ, ਘੁੰਮ ਕੇ ਇੱਧਰੋਂ ਦੀ ਪਹਿਲਾਂ ਉੱਪਰੋਂ ਦੀ ਘੁੰਮ ਕੇ ਜਾਣੀ ਆ, ਬਾਕੀ ਮੋਹਰੇ ਕਿੰਨੀਆਂ ਆਉਣੀਆਂ, ਅਤੇ ਧੁੰਦ ਹੈ ਹੀ ਬਹੁਤ ਜ਼ਿਆਦਾ ਆ, ਧੁੰਦ ਨਹੀਂ ਹਟਣੀ ਅੱਜ, ਮੈਨੂੰ ਲੱਗਦਾ ਨਹੀਂ ਵੀ ਧੁੰਦ ਹਟੂਗੀ, ਕਿਉਂਕਿ ਹਾਲੇ ਤਾਈਂ ਸੂਰਜ ਦਾ ਕੋਈ ਨਾਮੋ ਨਿਸ਼ਾਨ ਨਹੀਂ, ਬੁਰੇ ਹਾਲ ਹੋਏ ਪਏ ਆ। ਸਿੱਧੀ ਲੈ ਕੇ ਜਾਓ, ਸਿੱਧੀ ਗੱਡੀ ਦਾ ਲੱਗਾ ਕੰਮ, ਪਰੌਂਠੇ ਲੱਗੇ ਹੋਏ ਸੀ, ਬਸ ਚਾਹ ਦਾ ਟਾਈਮ ਆ, ਅਸੀਂ ਚੁੱਭਰ ਹੋਣੀ ਬਸ ਖੜ੍ਹੇ ਆ, ਧੁੱਪ ਮੱਠੀ ਮੱਠੀ ਜਿਹੀ ਲਿਸ਼ਕਾਰੇ ਮਾਰਦੀ ਪਈ ਆ, ਹੁਣ ਧੁੱਪ ਨਿਕਲੇ ਆਉਣੀ ਹੋਰ 10-20 ਮਿੰਟਾਂ ਤੱਕ। ਤਾਂ ਕੋਲ ਲਾਈ ਆ ਗਿਆ ਅੱਜ ਗਦਾਮ 'ਚ, ਚੱਕ 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 ਸਮਾਨ, ਚੱਕ ਚੱਕ ਸਮਾਨ ਜੋ ਪਾਉਣਾ ਵਾ ਗੱਡੀ 'ਚ ਪਾ ਅਤੇ ਨਿਕਲ। ਇੱਕ ਗੱਡੀ ਆਹ ਲੋਡ ਕੀਤੀ ਖੜ੍ਹੀ ਆ, ਇੱਕ ਗੱਡੀ ਉਹ ਲੋਡ ਖੜ੍ਹੀ ਕੀਤੀ ਪਈ ਆ, ਠੀਕ ਆ। ਦੋ ਆਰਡਰਾਂ 'ਚ ਇਕੱਠੇ ਲੱਗ ਗਏ ਆ ਬਾਬੇ, ਦੱਸ ਦੇ ਇਹਨਾਂ ਨੂੰ, ਮੈਂ ਕਿਹਾ ਦੋ ਦੋ ਤਿੰਨ ਤਿੰਨ ਆਰਡਰਾਂ 'ਚ ਇਕੱਠੇ ਲੱਗ ਗਏ ਆ, ਸੋਮਵਾਰ ਆ ਨਾ ਤਾਂ ਕਰਕੇ ਅੱਜ ਫਿਰ ਆਰਡਰਾਂ ਦਾ ਜ਼ਿਆਦਾ ਜ਼ੋਰ ਏ। ਆਰਡਰ ਛੱਡਣਾ ਅਸੀਂ ਕੰਪਲੀਟ ਕਰ ਲਿਆ ਵਾ, ਸੈਂਸਰ ਕਰਾ ਲਿਆ, ਹੁਣ ਆਪਾਂ ਚੱਲਦੇ ਹਾਂ, ਬਸ ਧੁੱਪ ਧੁੱਪ ਨਿਕਲਿਆ ਹੀ ਆ ਸੋਹਣੀ, ਬਸ ਨਿਕਲੀਏ ਹੁਣ ਅਸੀਂ ਵੀ ਬਹਿ ਬਹਿ ਕੇ ਜਾ ਕੇ ਗੋਦਾਮ 'ਚ ਧੁੱਪ ਸੇਕਦੇ ਹਾਂ।
ਆ ਗੱਡੀ ਨੂੰ ਹਾਲੇ ਤੇ ਰੰਗ ਰੁੰਗ ਜਿਹਾ ਕੀਤਾ ਸੀ ਨਹੀਂ, ਹਾਲੇ ਬੂਆ ਹੋਇਆ ਨਹੀਂ ਨਾ ਰੂਮ ਲਿਖਾਉਣ ਦਾ। ਹਾਲੇ ਚੁੱਪ ਰਿਹਾ ਬਿੱਲ ਸਾਂਭ ਜਾਣ ਨੂੰ, ਇੱਕ ਆਰਡਰ ਹੋਰ ਛੱਡਣਾ ਹੈਗਾ ਜੀ। ਆਉਂਦਿਆਂ ਸਰ ਉੱਧਰੋਂ ਮੁੜ ਕੇ ਭੁੱਖ ਲੱਗ ਗਈ, ਮੁੜ ਕੇ ਕਹਿੰਦੇ ਬਸ ਫਿਰ ਚੋਬਰਾਂ ਵੱਲੋਂ ਖਾਣ ਪੀਣ 'ਤੇ ਜ਼ੋਰ ਦਿੱਤਾ ਗਿਆ ਆ, ਹੁਣ ਆਪਾਂ ਫਿਰਦੇ ਹਾਂ ਮੰਡੀ 'ਚ। ਛੋਟਾ ਜਿਹਾ ਆਰਡਰ ਸੀ, ਸਫਾਈ ਕਰਨ ਲੱਗਾ ਚੋਬਰ, ਬਹਿਣਾ ਹੀ ਆ ਸੀਟਾਂ 'ਤੇ, ਵੱਡਾ ਚੋਬਰ ਵੀ ਆ ਗਿਆ। ਹੋਰ ਰੋਟੀ ਖਾ ਲਈਏ, ਰੋਟੀ ਦਾ ਟਾਈਮ ਹੋ ਗਿਆ ਆ, ਮਸੀ ਦਾ ਧੁੱਪ ਨਿਕਲੀ ਆ। ਫਿਰਦਾ ਇੱਕ ਇਹ ਨਵਾਂ ਹੀ ਆ ਗਿਆ ਇੱਧਰ ਨੂੰ, ਓਏ ਓਏ ਆ ਜਾ ਆ ਜਾ, ਪਾਰਟੀ ਸ਼ਾਰਟੀ ਕਰੀਏ। ਉਹ ਤੇਰੀ ਚਾਲ ਮਾਰਤੀ ਅੰਦਰ ਨੂੰ, ਹੁਣ ਤਾਂ ਛਾਲ ਵੀ ਮਾਰ ਗਿਆ ਅੰਦਰ ਨੂੰ ਉਹ, ਤੁਸੀਂ ਬਹੁਤ ਜ਼ਿਆਦਾ ਲੇਟ ਹੋ ਗਿਆ। ਤਾਂ ਬੈਠਿਆ ਨੇ ਯਾਰ ਜਾਂ ਪਤਾ ਹੀ ਨਹੀਂ ਸੀ ਤਾਂ ਫੋਨ ਦੇਖਿਆ, ਬਸ ਧੁੱਪ ਸਿੱਕੀ ਜਾਂਦੇ ਹਾਂ ਬੈਠੇ। ਹੋ ਗਿਆ ਕੰਮ ਘਰ ਵਿਹਲੇ ਹੋ ਗਿਆ, ਹੋਰ ਨਮੂਨਾ ਪਹੁੰਚ ਗਿਆ, ਗੱਡੀਆਂ ਫੇਰ ਦੁਬਾਰਾ ਆ ਗਈਆਂ, ਉਹ ਜਿੱਦਾਂ ਗੋਪਤੇ ਛੱਡ ਗਿਆ ਸੀ ਫੇਰ ਦੁਬਾਰਾ ਲੋਡ ਉਹਦਾ ਆ ਗਿਆ। ਆਹ ਚੱਲ ਅਸੀਂ ਕੇ ਜੀ ਤੇ ਇੱਕ ਪਾਸੇ ਹੋਰ ਜਾਣਾ ਸੀ ਤਾਂ ਕਰਕੇ ਹੁਣ ਬੈਠੇ ਹਾਂ, ਬਸ ਹੁਣ ਲੋਡ ਲੂਡ ਕੱਟਣਾ ਆ, ਬਿੱਲ ਬੁੱਲ ਬਣਾ ਕੇ ਦਊਗਾ ਫੇਰ ਜਾ ਕੇ ਆ। ਆਹ ਵੀ ਸਾਡੇ ਵਾਂਗੂ ਡਾਂਤੀ ਆ, ਖੁੱਲਾ ਡੁੱਲਾ ਵੀ ਕਿੰਨਾ ਵੱਡਾ ਆ, ਕਿੰਨਾ ਉੱਚਾ। ਬਸ ਹੋ ਗਿਆ ਵਿਹਲੇ ਅਤੇ ਹੁਣ ਤੁਹਾਨੂੰ ਨਿਕਲਦੇ ਹਾਂ। ਬਸ ਚੋਬਰ ਹੁਣੀ ਹੁਣ ਸਾਰੇ ਵਿਹਲੇ ਹੋ ਕੇ ਖੜ ਗਏ ਆ, ਬਸ ਹੁਣ ਕੰਮ ਕਾਰ ਕੋਈ ਹੈ ਨਹੀਂ ਗਾ। ਬਸ ਹੁਣ ਹੈ ਮੱਝਣੀ ਬਹੁਤ ਜ਼ਿਆਦਾ ਖਾਤਾ ਵੀ, ਇਕੱਲੇ ਇਕੱਲੇ ਨੂੰ ਹੋਕਾ ਦੇਣਾ ਪੈਣਾ ਆ। ਬਸ ਬਣ ਗਈਆਂ ਗੱਡੀਆਂ ਅੰਦਰ, ਬਸ ਲੋਡ ਘੱਟ ਹੋਣੇ ਆ, ਹੁਣ ਲੋਡ ਲੂਡ ਘੱਟ ਹੋ ਗਏ, ਮੁੜ ਕੇ ਕਰਿਆ ਨਾ ਆਪਾਂ ਹੀ ਗਏ ਸੀ ਉੱਧਰੋਂ ਸਮਾਨ ਅਦਲਾ ਬਦਲੀ ਕਰਕੇ ਆਉਣੀ ਸੀ ਤਾਂ ਕਰਕੇ ਗਏ ਹੋਏ ਸੀ। ਬਾਕੀ ਲੱਗੇ ਵਾ ਬਸ ਹੁਣ ਵਿਹਲੇ ਹੀ ਆ, ਆਰਡਰ ਛੱਡਣ ਗਿਆ ਵਾ ਬੰਦੇ ਥੋੜ੍ਹਾ ਜਿਹਾ, ਬਾਕੀ ਰੌਣਕ ਮੇਲਾ ਲੱਗਾ ਆ ਹੁਣ। ਅਸੀਂ ਹੁਣੇ ਲੱਗੇ ਨਵਾਂ ਕਰਤੱਬ ਕਰਨ, ਅੱਜ ਕਹਿੰਦੇ ਜ਼ੋਰ ਪਰਖਿਆ ਜਾਣਾ ਜੋਬਰ ਦਾ, ਤੂੰ 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 ਚੱਲ ਫਿਰ ਜ਼ੋਰ ਪਰਖਿਆ ਜਾਣਾ ਜੋਬਰ ਦਾ, ਇਹ ਚੱਕ ਚੋਬਰ ਦਾ ਜ਼ੋਰ ਦੇ ਲਾ, ਚਾਰ ਡਾਲੇ ਇਕੱਠੇ ਚੱਕੀ ਫਿਰਦਾ। ਚੱਲ ਗਿਆ ਇਹ, ਚੱਲ ਬਈ ਅਜੇ ਲੇਟ ਕਰਾ ਦਿੱਤੇ, ਰਸੀਦ 'ਚ ਲੈ ਕੇ ਚੱਲਾ ਪਾਸਪੋਰਟ ਤੁਹਾਨੂੰ, ਕਹਿੰਦਾ ਚਾਹ ਨਾ ਮੈਂ ਹੀ ਚੱਲੇ ਕਰਦੇ ਹਾਂ, ਬੈਠੇ ਹਾਂ ਲੇਟ ਕਰਾ ਦਿੱਤੇ ਅੱਜ, ਇਹਦੇ ਕਰਕੇ ਲੇਟ ਹੋਏ ਅੱਜ। ਉਹ ਦੇ ਮੂੰਹ ਦੇਖਦਾ ਭਾਲ ਲਿਆ ਪਾਸਪੋਰਟ, ਕੰਮ ਇਹੀ ਰਹਿੰਦਾ ਪੁੰਡੀ ਬਾਤ ਤੇਰਾ, ਨਜ਼ਰ ਨਹੀਂ ਲਾਓ ਨੀ ਮੁੜ ਕੇ ਡਾਕਟਰ ਦੇ ਵੀ ਜਾਓ, ਇਹ ਵੀ ਹੁੰਦਾ ਛੇਤੀ ਛੇਤੀ। ਹਾਂ ਮੁੜ ਕੇ ਰਾਜ ਬਰੇਕਾਂ ਲੱਗ ਗਏ, ਹਵਾ ਹੈ ਨਹੀਂ ਯਾਰ, ਮੋਹਲੇ ਟਾਇਰ ਜ਼ਿਆਦਾ ਘੱਟ ਰਹੀ ਹੋਵਾ, ਹਵਾ ਥੱਲੇ ਬੈਠੀ ਜਾਂਦਾ ਸਾਰਾ ਟਾਇਰ ਉੱਤੇ।